ਕੀ ਨਾਮ ਹੈ ਜੀ? ਤੂੰ ਦੱਸ ਦੇ ਕੀ ਨਾਮ ਆ ਤੇਰਾ? ਉਰੇ ਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਅੱਜ ਕੀ ਆ? ਅੱਜ ਕਿਆ ਪਤਾ ਜੀ, ਹੈ ਕਿਆ ਪਤਾ ਨਹੀਂ ਹੈਗਾ ਜੀ, ਜਨਮ ਦਿਨ ਆ ਜੀ। ਕਿਹਦਾ? ਬਾਬਾ ਜੀ ਦਾ ਪਤਾ ਨਹੀਂ ਕਿਹਦਾ ਨਾਮ ਜੀ। ਗੁਰੂਆਂ ਦੇ ਨਾਮ ਦੱਸੋਗੇ? ਹਾਂਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਗੁਰੂਆਂ ਦੇ ਨਾਮ। ਉਹ ਮੈਨੂੰ ਅੱਧੇ ਯਾਦ ਆਈ, ਅੱਧੇ ਭੁੱਲ ਗਏ। ਅੱਜ ਕੀ ਆ? ਜੁਝਾਰ ਸਿੰਘ ਜੀ ਦਾ ਬਰਥਡੇ ਆ ਜੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਆ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਠੀਕ, ਅੱਜ ਕੀ ਆ ਬੇਟੇ? ਕੀ ਅੱਜ? ਵਾਹਿਗੁਰੂ ਜੀ ਕੀ ਫਤਿਹ। ਇਸ ਸਮੇਂ ਅਸੀਂ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਸ਼੍ਰੀ ਚਮਕੌਰ ਸਾਹਿਬ ਵਿਖੇ ਖੜ੍ਹੇ ਹਾਂ, ਜਿੱਥੇ ਕਿ ਅੱਜ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਅਤੇ ਅੱਜ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਦਿਵਸ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਭਾਤਪਾਂ ਦੇ ਲੰਗਰ ਵੀ ਲੱਗੇ ਹੋਏ ਨੇ, ਤੁਸੀਂ ਦੇਖ ਸਕਦੇ ਹੋ, ਸੰਗਤਾਂ ਦਾ ਵੱਡਾ ਇਕੱਠ ਹੈ। ਸੋ ਗੱਲਬਾਤ ਕਰਦੇ ਹਾਂ, ਇੱਥੇ ਪਹੁੰਚੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਜੀ? ਜਰਨੈਲ ਸਿੰਘ। ਠੀਕ ਹੈ, ਕਿਹੜਾ ਪਿੰਡ ਹੈ ਜੀ? ਪਿੰਡ ਸਾਡਾ ਅਬੂਬ ਸ਼ਹਿਰ ਹੈ ਜੀ। ਹੈ ਜੀ, ਅਬੂਬ ਸ਼ਹਿਰ ਨੇੜੇ ਹੀ ਹੈ, ਕਾਫੀ ਦੂਰ ਹੈ ਜੀ। ਅੱਛਾ ਅੱਛਾ, ਦਰਸ਼ਨ ਕਰਨ ਲਈ ਆਏ? ਪੂਰੇ ਦਾਣ ਜੀ। ਠੀਕ ਹੈ, ਧੰਨਵਾਦ। ਕੀ ਨਾਮ ਹੈ ਜੀ? ਕੀ ਨਾਮ ਹੈ ਜੀ? ਵਧੀਆ ਜੀ, ਤਰਨਦੀਪ ਸਿੰਘ। ਹੈ ਜੀ, ਤਰਨਦੀਪ ਸਿੰਘ ਜੀ। ਤਰਨਦੀਪ ਸਿੰਘ, ਕਿਹੜਾ ਪਿੰਡ? ਜਟਾਣਾ ਜੀ। ਠੀਕ ਹੈ, ਅਤੇ ਕੀ ਆ ਅੱਜ ਪਤਾ? ਹਾਂਜੀ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ ਹੈ। ਠੀਕ ਹੈ, ਅਤੇ ਦਰਸ਼ਨ ਕਰ ਲਈਆਂ? ਹਾਂਜੀ। ਦਸਾਂ ਗੁਰੂਆਂ ਦੇ ਨਾਮ ਪਤਾ? ਹਾਂਜੀ। ਅਤੇ ਸਾਹਿਬਜ਼ਾਦਿਆਂ ਦੇ? ਹਾਂਜੀ। ਅਤੇ ਆਪਣੇ ਪਿਆਰੇ ਕਿੰਨੇ ਨੇ? ਪੰਜ ਪਿਆਰੇ। ਨਾਮ ਪਤਾ ਉਹਨਾਂ ਦਾ? ਹਾਂਜੀ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਮੈਂ ਕਾਲਜ ਕਰਦਾ, ਡਿਗਰੀ ਕਰਦਾ, ਬੀਟੈਕ ਕੰਪਿਊਟਰ ਸਾਇੰਸ, ਸੀ ਜੀ ਸੀ ਲਾਂਡਰਾ। ਹਾਂਜੀ, ਅਤੇ ਪੰਜ ਪਿਆਰਿਆਂ ਦੇ ਕੀ ਨਾਮ ਨੇ ਦੱਸੋ? ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਹਾਂਜੀ, ਕੀ ਨਾਮ? ਇੱਧਰ ਆ, ਤੈਨੂੰ ਪੁੱਛਣਾ ਕੀ ਨਾਮ ਆ ਬੇਟੇ? ਮੇਰਾ ਨਾਮ ਗੋਲੂ ਭਾਈ। ਹੈ? ਗੋਲੂ ਭਾਈ। ਗੋਲੂ? ਹਾਂਜੀ। ਪੂਰਾ ਨਾਮ ਕੀ ਆ? ਆਹੀ ਆਈ। ਹੈ? ਗੋਲੂ ਭਾਈ। ਪੂਰਾ ਨਾਮ ਵੀ ਗੋਲੂ ਆ? ਕਿਹੜਾ ਪਿੰਡ ਆ? ਮਾਣੀ ਮਾਜਰਾ ਜੀ। ਹੈ? ਮਾਣੀ ਮਾਜਰਾ ਜੀ। ਠੀਕ ਆ, ਅੱਜ ਕੀ ਦਰਸ਼ਨ ਕਰ ਲਈ ਆਏ ਹੋ ਗੁਰਦੁਆਰੇ? ਹਾਂਜੀ। ਕੱਲ ਲੰਗਰ ਛਕਣ ਲਈ? ਦਰਸ਼ਨ ਕਰ ਰਹੇ ਜੀ। ਠੀਕ ਆ, ਕਰ ਲਏ ਦਰਸ਼ਨ? ਨਾ ਜੀ। ਠੀਕ ਆ, ਹਲੇ ਕਰਨਾ। ਅੱਜ ਕੀ ਆ? ਅੱਜ ਕਿਆ ਪਤਾ ਜੀ, ਹੈ ਕਿਆ ਪਤਾ ਨਹੀਂ ਹੈਗਾ ਜੀ, ਜਨਮ ਦਿਨ ਆ ਜੀ। ਕਿਹਦਾ? ਬਾਬਾ ਜੀ ਦਾ ਪਤਾ ਨਹੀਂ ਕਿਹਦਾ ਨਾਮ, ਜੁਝਾਰ, ਬਾਬਾ ਜੁਝਾਰ ਸਿੰਘ ਦਾ ਜੀ। ਨਹੀਂ ਬੇਟੇ, ਐਂ ਨਹੀਂ, ਪਤਾ ਨਹੀਂ ਕਿਹਦਾ, ਇਹ ਥੋੜ੍ਹੀ ਗੱਲ ਐਂ ਕਹਿਣ ਦੀ ਹੁੰਦੀ ਆ। ਬਾਬਾ ਜੁਝਾਰ ਸਿੰਘ ਜੀ ਦਾ। ਠੀਕ ਹੈ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਠੀਕ ਹੈ, ਅਤੇ ਹੋਰ ਵੀ ਅੱਜ ਕੁਛ? ਅੱਜ ਗੁਰੂ ਅਮਰਦਾਸ ਜੀ ਦੀ ਗੁਰਤਾ ਗੱਦੀ ਦਿਵਸ ਆ। ਠੀਕ ਹੈ, ਜਦੋਂ ਲੰਗਰ ਛਕਣ ਆਉਂਦੇ ਆ, ਮੱਥਾ ਟੇਕਣ ਆਉਂਦੇ ਆ, ਪੁੱਛਦੇ ਹੁੰਦੇ ਨੇ। ਕੀ ਨਾਮ ਆ ਬੇਟੇ? ਗੁਰਕੀਰਤ ਸਿੰਘ ਆ ਜੀ।
ਕਿਹੜਾ ਪਿੰਡ ਆ? ਚਮਕੌਰ ਸਾਹਿਬ ਉਰੇ ਦੇ ਭਾਈ। ਠੀਕ, ਅੱਜ ਕੀ ਆ? ਅੱਜ ਬਾਬਾ ਜੁਝਾਰ ਸਿੰਘ ਜੀ ਦੇ ਜਨਮ ਦਿਹਾੜੀ। ਠੀਕ ਆ, ਹੋਰ ਕੀ ਅੱਜ? ਉਹ ਭਾਈ ਅਮਰਦਾਸ ਜੀ ਦੇ ਗੁਰਤਾ ਗੱਦੀ ਹੈ ਅੱਜ। ਗੁਰੂ ਅਮਰਦਾਸ ਜੀ? ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਤਾ ਗੱਦੀ ਹੈ। ਠੀਕ ਹੈ, ਤੇ ਆਪਣੇ ਗੁਰੂ ਕਿੰਨੇ ਨੇ? 10 ਗੁਰੂ ਸਾਹਿਬਾਂ ਨੇ। ਨਾਮ ਪਤਾ ਨੇ? ਹਾਂਜੀ। ਤੇ ਪਿਆਰੇ ਕਿੰਨੇ ਨੇ? 5 ਪਿਆਰੇ ਆ ਜੀ। ਠੀਕ ਹੈ, ਤੇ ਗੁਰੂਆਂ ਦੇ ਨਾਮ ਦੱਸੋਗੇ? ਹਾਂਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ। ਗੁਰੂਆਂ ਦੇ ਨਾਮ? ਉਹ ਮੈਨੂੰ ਅੱਧੇ ਯਾਦ ਆਈ, ਅੱਧੇ ਭੁੱਲ ਗਏ। ਗੁਰੂਆਂ ਦੇ ਨਾਮ ਦੱਸਣੇ? 10 ਗੁਰੂ ਸਾਹਿਬਾਂ ਦੇ। ਹਾਂ, ਸ੍ਰੀ ਗੁਰੂ ਨਾਨਕ ਦੇਵ, ਸ੍ਰੀ ਗੁਰੂ ਅੰਗਦ ਦੇਵ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ। ਥੋੜਾ ਉੱਚੀ ਬੋਲੋ, ਮੈਨੂੰ ਸੁਣਦਾ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਹਰਗੋਬਿੰਦ, ਸ੍ਰੀ ਗੁਰੂ ਹਰਰਾਏ, ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਰਾਏ, ਸ੍ਰੀ ਗੁਰੂ ਤੇਗ ਬਹਾਦਰ, ਸ੍ਰੀ ਦਸ਼ਾਂ ਪਾਤਸ਼ਾਹ। ਚਲੋ ਸਿੱਖਿਆ ਕਰੋ ਬੇਟੇ, ਸਿੱਖਣਾ ਠੀਕ ਆ, ਪੜ੍ਹਨਾ। ਤੁਸੀਂ ਤਾਂ ਬਹੁਤ ਕਿਸਮਤ ਵਾਲੇ ਹੋ, ਤੁਸੀਂ ਅੰਮ੍ਰਿਤ ਸੰਚਾਰ ਕੀਤਾ, ਅੰਮ੍ਰਿਤ ਛਕਿਆ ਹੋਇਆ, ਠੀਕ ਆ, ਠੀਕ ਹੈ, ਸਿੱਖਣਾ। ਓਕੇ, ਧੰਨਵਾਦ। ਕੀ ਨਾਮ ਹੈ ਜੀ? ਸਿਮਰਪ੍ਰੀਤ ਕੌਰ। ਕਿਹੜਾ ਪਿੰਡ ਆ ਬੇਟੇ? ਚਮਕੌਰ ਸਾਹਿਬ। ਚਮਕੌਰ ਸਾਹਿਬ ਪੜ੍ਹਦੇ ਹੋ? ਹਾਂਜੀ। ਕਿਹੜੀ ਕਲਾਸ 'ਚ? 8th। ਕਿੱਥੇ? ਗਰਲਸ ਸਕੂਲ ਚਮਕੌਰ ਸਾਹਿਬ। ਯੈਸ। ਠੀਕ ਹੈ, ਅੱਜ ਕੀ ਆ? ਬਾਬਾ ਜੀ ਸਿੰਘ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ। ਠੀਕ ਹੈ, ਹੋਰ ਕੀ ਆ ਅੱਜ? ਹੋਰ ਕੀ ਅੱਜ? ਅੱਜ ਗੁਰੂ ਅਮਰਦਾਸ ਜੀ ਦਾ ਗੁਰਤਾ ਗੱਦੀ ਦਿਵਸ ਵੀ ਹੈ, ਠੀਕ ਹੈ। ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ? ਯੈਸ। ਠੀਕ, ਆਪਣੇ ਗੁਰੂ ਕਿੰਨੇ ਨੇ? 11 ਇੱਕ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ। ਠੀਕ, ਨਾਮ ਪਤਾ ਨੇ? ਵਿੱਚ ਸਕੂਲ ਨੇ, ਸਿੱਖਣੇ ਨੇ ਬੇਟੇ, ਠੀਕ ਹੈ। ਕਿਹੜੀ ਕਲਾਸ 'ਚ ਪੜ੍ਹਦੇ ਹੋ? 8th। ਜ਼ਰੂਰ ਸਿੱਖਣੇ ਨੇ, ਹੁਣ ਤਾਂ ਵੱਡੇ ਹੋ ਗਏ ਤੁਸੀਂ, ਠੀਕ ਹੈ। ਅਤੇ ਪਿਆਰੇ ਕਿੰਨੇ ਨੇ? 5। ਸਾਹਿਬਜ਼ਾਦੇ? 4। ਪਤਾ ਨੇ ਨਾਮ? ਹਾਂਜੀ। ਸਾਹਿਬਜ਼ਾਦਿਆਂ ਦੇ ਨਾਮ ਦੱਸਿਓ? ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਠੀਕ ਹੈ, ਅਤੇ ਪਿਆਰਿਆਂ ਦੇ ਨਾਮ ਵੀ ਪਤਾ? ਭਾਈ ਦਇਆ ਸਿੰਘ ਜੀ, ਭਾਈ ਮੌਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਦਇਆ ਸਿੰਘ, ਭਾਈ ਮੌਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਹਰਕ੍ਰਿਸ਼ਨ ਧਰਮ ਸਿੰਘ ਜੀ, ਬਾਬਾ ਧਰਮ ਸਿੰਘ ਜੀ, ਬਾਬਾ। ਚਲੋ ਸਿੱਖਣਾ ਬੇਟੇ, ਠੀਕ ਆ, ਸਿੱਖਣਾ ਪੜ੍ਹਨਾ ਹੈਗਾ, ਠੀਕ ਆ, ਜ਼ਰੂਰ ਯਾਦ ਕਰਨੇ। ਤੁਹਾਡਾ ਕੀ ਨਾਮ ਆ? ਜਸਮਨ ਸਿੰਘ ਜੀ। ਕਿਹੜਾ ਪਿੰਡ ਆ? ਚਮਕੌਰ ਸਾਹਿਬ ਜੀ। ਕਿਹੜੀ ਕਲਾਸ 'ਚ ਪੜ੍ਹਦੇ ਹੋ? 5th। ਠੀਕ ਆ, ਕਿੱਥੇ? ਇੱਥੇ ਹੀ ਪੜ੍ਹਦੇ ਹੋ ਚਮਕੌਰ ਸਾਹਿਬ? ਹਾਂਜੀ, ਸੰਤ ਬਾਬਾ ਪਿਆਰ ਸਿੰਘ ਸੀਨੀਅਰ ਸੈਕੰਡਰੀ ਸਕੂਲ। ਪੰਜਾਬੀ ਪੜ੍ਹਾਉਂਦੇ ਨੇ ਸਕੂਲ 'ਚ? ਹਾਂਜੀ। ਕੋਈ ਰੋਕਦੇ ਤਾਂ ਨਹੀਂ ਪੰਜਾਬੀ ਬੋਲਣ ਤੋਂ? ਪੰਜਾਬੀ ਬੋਲਦੇ ਹੋ ਸਕੂਲ 'ਚ? ਹਾਂਜੀ। ਠੀਕ ਹੈ, ਆਪਸ 'ਚ ਪੰਜਾਬੀ 'ਚ ਗੱਲ ਕਰਦੇ ਹੋ, ਘਰੇ ਵੀ ਪੰਜਾਬੀ 'ਚ ਗੱਲ ਕਰਦੇ ਹੋ? ਹਾਂਜੀ। ਠੀਕ ਹੈ, ਅਤੇ ਅੱਜ ਕੀ ਆ ਬੇਟੇ? ਅੱਜ ਬਾਬਾ ਅਜੀਤ ਸਿੰਘ ਜੀ ਦਾ ਬਾਬਾ ਜਸ ਸਿੰਘ ਜੀ ਦਾ ਜਨਮ ਦਿਹਾੜਾ। ਹੋਰ ਕੀ ਆ? ਅੱਜ ਗੁਰੂ ਅਮਰਦਾਸ ਜੀ ਦੇ ਗੁਰਦੁਆਰੇ ਦੇ ਵਿੱਚ। ਅਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ? 10। ਨਾਮ ਪਤਾ ਨੇ? ਹਾਂਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਹਰ ਰਾਏ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਤੇ ਪਿਆਰੇ ਕਿੰਨੇ ਨੇ? ਪਿਆਰਿਆਂ ਦੇ ਨਾਮ ਪਤਾ? ਹਾਂਜੀ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਕੀ ਨਾਮ ਆ? ਜਸਪ੍ਰੀਤ ਸਿੰਘ ਜੀ। ਕਿਹੜਾ ਪਿੰਡ ਆ? ਅਮਰਾਲੀ ਜੀ। ਹੈ? ਅਮਰਾਲੀ ਜੀ। ਠੀਕ ਆ, ਪੜ੍ਹਦੇ ਹੋ? ਹਾਂਜੀ। ਕਿਹੜੀ ਕਲਾਸ 'ਚ? 8th ਦੇ ਵਿੱਚ ਹੈ। ਠੀਕ, ਅੱਜ ਕੀ ਆ? ਅੱਜ ਜੁਝਾਰ ਸਿੰਘ ਜੀ ਦਾ ਬਰਥਡੇ ਆ ਜੀ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਆ, ਬਰਥਡੇ, ਇਹ ਚੱਕਰਾਂ 'ਚ ਨਹੀਂ ਪੈਣਾ, ਪੰਜਾਬੀ 'ਚ ਬੋਲੀਦਾ ਹੁੰਦਾ, ਠੀਕ ਆ ਜ਼ਿਆਦਾ ਬੇਟੇ, ਠੀਕ ਆ। ਮੈਂ ਬਹੁਤ ਵਧੀਆ, ਤੁਸੀਂ ਦਮਾਲਾ ਬੰਨਿਆ ਹੋਇਆ, ਬਹੁਤ ਸੋਹਣਾ ਲੱਗਦਾ, ਠੀਕ ਹੈ, ਪੰਜਾਬੀ ਬੋਲਿਆ ਕਰਨਾ। ਅਤੇ ਹੋਰ ਕੀ ਅੱਜ?
ਅੱਜ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਸਤਿਕਾਰ ਸਹਿਤ ਨਾਮ ਲੈਣਾ ਹਮੇਸ਼ਾ, ਜਿਵੇਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਅੱਜ ਤੇ ਗੁਰੂ ਅਮਰਦਾਸ ਜੀ ਦਾ ਅੱਜ ਗੁਰਤਾਗਦੀ ਦਿਵਸ ਆ, ਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ? 10 ਹੈ ਪਤਾ ਨਾ? ਹਾਂਜੀ। ਤੇ ਪਿਆਰੇ ਕਿੰਨੇ ਨੇ? 5 ਜੀ। ਉਹਨਾਂ ਦੇ ਨਾਮ ਪਤਾ? ਹਾਂਜੀ। ਠੀਕ, ਸਾਰਾ ਇਤਿਹਾਸ ਪੜ੍ਹਿਆ ਕਰਨਾ, ਠੀਕ ਹੈ ਬੇਟੇ? ਇਹ ਵੀ ਪੜ੍ਹਨਾ ਪੜ੍ਹਾਈ ਦੇ ਨਾਲ ਨਾਲ, ਠੀਕ ਹੈ? ਬਹੁਤ ਵਧੀਆ, ਵੈਰੀ ਗੁੱਡ। ਹਾਂਜੀ, ਕੀ ਨਾਮ ਹੈ ਜੀ? ਜਸਕਰਨ ਸਿੰਘ। ਕਿਹੜਾ ਪਿੰਡ ਆ? ਮੋਹਾਲੀ। ਮੋਹਾਲੀ ਤੋਂ ਆਏ ਹੋ ਦਰਸ਼ਨ ਕਰਨ? ਹਾਂਜੀ। ਦਰਸ਼ਨ ਕਰਨ ਆਏ ਹੋ, ਮੱਥਾ ਟੇਕਣ ਆਏ ਹੋ? ਪੜ੍ਹਦੇ ਹੋ? ਕਿਹੜੀ ਕਲਾਸ 'ਚ? ਥਰਡ। ਮਾਦੇ 7th ਜੇ ਗਏ ਨੇ, ਥਰਡ 'ਚ ਪੜ੍ਹਦੇ ਹੋ? ਹਾਂਜੀ। ਠੀਕ, ਪੰਜਾਬੀ ਬੋਲਦੇ ਹੋ ਨਾ ਸਕੂਲ 'ਚ? ਹਾਂਜੀ। ਰੋਕਦੇ ਤਾਂ ਨਹੀਂ ਮੈਡਮ ਵੀ ਪੰਜਾਬੀ ਨਹੀਂ ਬੋਲਣੀ? ਨਾ। ਠੀਕ ਹੈ, ਤੇ ਅੱਜ ਕੀ ਆ? ਅੱਜ ਬਾਬਾ ਜੁਝਾਰ ਸਿੰਘ ਜੀ ਦਾ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਬਰਥਡੇ ਆ। ਜਨਮ ਦਿਨ? ਬਰਥਡੇ ਨਹੀਂ ਕਹੀਦਾ, ਜਨਮ ਦਿਨ। ਪੰਜਾਬੀ ਆਪਾਂ ਨਾ ਪੰਜਾਬ 'ਚ ਰਹਿੰਦੇ ਹਾਂ, ਪੰਜਾਬੀ ਬੋਲੀ ਦੀ ਹੁੰਦੀ ਆ, ਆਪਾਂ ਅੰਗਰੇਜ਼ ਥੋੜ੍ਹੀ ਆ, ਹੈ ਨਾ? ਠੀਕ ਆ, ਤੇ ਅੱਜ ਹੋਰ ਕੀ ਆ? ਜਸ਼ਨ। ਅੱਜ ਗੁਰੂ ਅਮਰਦਾਸ ਜੀ ਦਾ ਗੁਰਤਾਗਦੀ ਦਿਵਸ ਆ, ਤੇ ਗੁਰੂ ਕਿੰਨੇ ਨੇ ਆਪਣੇ ਪਤਾ ਜੀ? 10। ਨਾਮ ਪਤਾ? ਹਾਂਜੀ। ਕੀ ਨਾਮ ਨੇ? ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਰਾਜ ਸਾਹਿਬ ਜੀ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਪਿਆਰੇ ਕਿੰਨੇ ਨੇ? 5। ਪਤਾ ਨਾਮ ਉਹਨਾਂ ਦਾ? ਹਾਂਜੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਹੋਰ ਧਿਆਨ ਨਾਲ ਪੜ੍ਹਿਆ ਕਰਨਾ, ਠੀਕ ਹੈ? ਇਤਿਹਾਸ, ਸਾਰਾ ਇਤਿਹਾਸ ਜਾਣਨਾ, ਠੀਕ ਹੈ? ਛੋਟਾ ਜਿਹਾ ਬੱਚਾ ਬੇਟੇ, ਕੀ ਨਾਮ ਆ? ਕੀ ਨਾਮ ਆ? ਸਿਮਰਨ। ਪੜ੍ਹਦੇ ਹੋ? ਹਾਂਜੀ। ਕਿਹੜੇ ਸਕੂਲ 'ਚ, ਕਿਹੜੀ ਕਲਾਸ 'ਚ? ਮਾਫ ਕਰਨਾ, 8th। 8th 'ਚ? ਤੇ ਕਿਹੜੇ ਸਕੂਲ 'ਚ? ਗਰਲਸ ਸਕੂਲ। ਹਾਂਜੀ, ਗਰਲਸ ਸਕੂਲ। ਗਰਲਸ ਸਕੂਲ ਕਿਹੜੇ? ਚਮਕੌਰ ਸਾਹਿਬ ਤੋਂ ਹੀ ਹੋ? ਹਾਂਜੀ। ਠੀਕ, ਅੱਜ ਕੀ ਆ ਬੇਟੇ? ਕੀ ਅੱਜ ਤੁਸੀਂ ਮਾਤਾ ਜੀ ਇਹਨਾਂ ਦੇ? ਤੁਹਾਨੂੰ ਪਤਾ ਜੀ? ਨਹੀਂ ਜੀ। ਚਾਚੀ ਬੇਟੇ ਉਰੇ ਗੱਲ ਸੁਣ ਲੈ ਭੈਣ ਜੀ। ਅੱਜ ਕੀ ਆ ਤੁਹਾਨੂੰ ਦੱਸਿਆ ਨੀ? ਨਹੀਂ। ਨਹੀਂ ਜੀ। ਫਿਰ ਇਹਦਾ ਮਤਲਬ ਤੁਸੀਂ ਲੰਗਰ ਛਕਣ ਆਏ ਸੀ? ਗੱਲ ਗੁੱਸਾ ਨਹੀਂ ਕਰਨਾ ਬੇਟੇ, ਤੁਹਾਡੇ ਅੱਜ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਆ, ਤੇ ਨਾਲ ਹੀ ਗੁਰੂ ਅਮਰਦਾਸ ਜੀ ਦਾ ਗੁਰਤਾਗਦੀ ਦਿਵਸ ਆ। ਤੁਹਾਡੇ ਸਾਹਮਣੇ ਇੰਨੇ ਲੰਗਰ ਚੱਲ ਰਹੇ ਨੇ, ਇੰਨੇ ਜਸ਼ਨ ਮਨਾਏ ਜਾ ਰਹੇ ਨੇ, ਤੁਹਾਡੇ ਮਨ 'ਚ ਆਇਆ ਨਹੀਂ ਜਾਣਨ ਦਾ ਵੀ ਇਹੋ ਜਿਹਾ ਕੀ ਆ, ਜਿੰਨੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ? ਹੈਂ ਮੰਮਾ ਬਾਪਾ ਘਰ ਨਹੀਂ ਸੀ ਜੀ, ਸਾਨੂੰ ਪਤਾ ਨਹੀਂ ਸੀ ਕਹਿੰਦਾ। ਨਹੀਂ ਬੇਟੇ, ਇਹ ਜਗਿਆਸਾ ਹੋਣੀ ਚਾਹੀਦੀ ਹੈ। ਇੱਕ ਸਟੂਡੈਂਟ ਹੋ ਨਾ ਤੁਸੀਂ, ਇੱਕ ਵਿਦਿਆਰਥੀ ਹੋ, ਵਿਦਿਆਰਥੀ ਦੇ ਵਿੱਚ ਜਾਣਨ ਦੀ ਜਗਿਆਸਾ ਹੋਣੀ ਚਾਹੀਦੀ ਹੈ ਵੀ ਇਹੋ ਜਿਹਾ ਕਿਉਂ ਹੋ ਰਿਹਾ। ਜੇ ਤੁਸੀਂ ਸਵਾਲ ਕਰੋਗੇ ਤਾਂ ਹੀ ਤੁਸੀਂ ਸਿੱਖੋਗੇ ਅੱਗੇ ਜਾ ਕੇ। ਗੁੱਸਾ ਨਹੀਂ ਕਰਨਾ, ਤੁਹਾਡੇ ਭਲੇ ਵਾਸਤੇ ਗਿਆ ਮੈਂ। ਪਹਿਲਾਂ ਕੀ ਨਾਮ ਆ ਬੇਟੇ?
ਗੁਰਵੀਰ ਸਿੰਘ ਹੈ ਜੀ ਗੁਰਵੀਰ ਸਿੰਘ ਕਿਹੜਾ ਪਿੰਡ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਸ਼ਾਮਪੁਰਾ ਕਲੋਨੀ ਰੋਪੜ ਸ਼ਾਮਪੁਰਾ ਕਲੋਨੀ ਰੋਪੜ ਰੋਪੜ ਤੋਂ ਪੜ੍ਹਦੇ ਹੋ ਕਿਹੜੀ ਕਲਾਸ 'ਚ ਸੈਕਿੰਡ ਤੇ ਅੱਜ ਕੀ ਆ ਬਾਬਾ ਜੁਝਾਰ ਸਿੰਘ ਜੀ ਦਾ ਜੀ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਨ ਹੈ ਹੋਰ ਕੀ ਆ ਜੀ ਗੁਰੂ ਅਮਰਦਾਸ ਜੀ ਦਾ ਪਤਾ ਨਹੀਂ ਅੱਛਾ ਅੱਜ ਗੁਰੂ ਅਮਰਦਾਸ ਜੀ ਦਾ ਗੁਰਤਾਗਦੀ ਦਿਵਸ ਵੀ ਹੈ ਠੀਕ ਹੈ ਤੇ ਕੀ ਸੁਣਾਵੋਗੇ ਤੁਸੀਂ ਤੁਹਾਡਾ ਕੀ ਨਾਮ ਹੈ ਜੀ ਪਰਮਵੀਰ ਸਿੰਘ ਸੁਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਰਸ ਹੇ ਰਵ ਹੇ ਸਸ ਹੇ ਕਰੋ ਨਾਨੇ ਦ ਮੇਰੀ ਅਬੈ ਬਿੰਤੀ ਸੁਣ ਲੀਜੇ ਔਰ ਨਾ ਮੰਗਤ ਹੋ ਤੁਮ ਤੇ ਕਛ ਚਾਹਤ ਹੋ ਚਿਤ ਮੈਂ ਸੋਈ ਕੀਜੇ ਸਸਤਨ ਸਵਾਤ ਹੀਰਨ ਪਿਤਰ ਜੂਜ ਮਰੋ ਕਹਿ ਸਾਚ ਪਤੀਜੇ ਸੰਤ ਸੁਹਾਏ ਸਦਾ ਜਗ ਮਾਏ ਕਿਰਪਾ ਕਰ ਸਹਿ ਮੈਂ ਹੈ ਬਰ ਦੀਜੈ ਗਗਨ ਦ ਮਾਮਾ ਵਾਜਿਓ ਪਰਿਓ ਨਿਸਾਨੈ ਕਾਓ ਖੇਤ ਜਮਾਂਡਿਓ ਸੂਰਮਾ ਅਬ ਜੂ ਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕਹੇਤ ਪੁਰਜਾ ਪੁਰਜਾ ਘੱਟ ਬਰੈ ਕਬ ਹੂ ਨਾ ਛਾਡੈ ਖੇਤ ਅਸ਼ਟ ਕਿਰਪਾਨ ਖੰਡੋ ਖੜਕ ਤੁਪਕਤ ਵਰ ਅਰਤੀਰ ਸਹਿ ਸਰੋ ਹੀ ਸਹਿਤੀ ਇਹ ਹਮਾਰੇ ਪੀਰ ਤੀਰ ਤੁਹੀ ਸਹਿਤੀ ਤੁਹੀ ਤੁਹੀ ਦਬਰ ਦਰਬਾਰ ਨਾਮ ਤੇ ਹਾਰੋ ਜੋ ਜਪੈ ਪਏ ਸਿੰਧ ਪਵਪਾਲ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰਤੀਰ ਤੁਹੀ ਨਿਸ਼ਾਨੀ ਜੀਤ ਕੀ ਆਜ ਤੁਹੀ ਜਗ ਪੀਰ ਪਹਿਲਾ ਮਨ ਕਬੂਲ ਜੀਵਨ ਕੀ ਛੱਡੇ ਆਸ ਹੋ ਸਭਨਾ ਕੀ ਰੇਨਕਾ ਤੋ ਆਓ ਹਮਾਰੇ ਪਾਸ ਜੋਤਿਓ ਪ੍ਰੇਮ ਖਿਲਨ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਨ ਨ ਕੀਜੈ ਦੇਹ ਸਿਵਾ ਬਰ ਮੋਹ ਹੈ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ ਨਾ ਡਰੋ ਔਰ ਸੋ ਜਬ ਜਾਏ ਲਰੋ ਨਿਸ਼ਚੈ ਕਰੇ ਆਪਣੀ ਜੀਤ ਕਰੋ ਹਰ ਸਿੱਖ ਹੂ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋ ਉਂਚਰੋ ਜਬ ਆਵ ਕੀਓ ਧਨੀ ਧਾਨ ਮਨੇ ਹਤ ਹੀਰਨ ਮੇ ਤਬ ਜੂਜ ਮਰੋ ਛਤਰੀ ਕੋ ਪੂਤ ਹੋ ਬਾਮਨ ਕੋ ਨਹਿ ਕਹਿ ਤਪ ਆਵਤ ਹੈ ਜੋ ਕਰੋ ਅਰ ਔਰ ਜਨ ਚਾਰ ਜਿਤੋ ਗ੍ਰਹਿ ਕੋ ਤੁਹ ਤਿਆਗ ਕਹਾ ਚਿਤ ਤਾਬੇ ਤਰੋ ਅਬ ਰੀਚ ਕਦੇ ਹੋ ਹੈ ਹਮ ਕੋ ਤਿਉ ਹੋ ਬਿਨਤੀ ਕਰ ਜੋਰ ਕਰੋ ਜਬ ਆਵ ਕੀਓ ਤਨ ਜਿਉ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਿਸ ਨਾਵ ਚੜੈ ਪਵ ਸਾਗਰ ਤਾਰੈ ਤੀਰਜ ਤਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨ ਕੀ ਬੰਦੀ ਬਨੋ ਹੱਥ ਲੈ ਕਾਤਰ ਤਾ ਕੁਤਵਾਰ ਬੁਹਾਰੈ ਖਗ ਖੰਡ ਬੇਹੰਡੰਗ ਖਲ ਦਲ ਖੰਡੰਗ ਅਤਰਨ ਮੰਡੰਗ ਬਰਬੰਡੰਗ ਕੁਝ ਦੰਡ ਅਖੰਡੰਗ ਪੇਤ ਪਰੰਜੰਡੰਗ ਜੋਤ ਮੰਡੰਗ ਪਾਨ ਪ੍ਰਬੰਧ ਸੁਖ ਸੰਤਾ ਕਰਨਨ ਦੁਰਮਤ ਅਨੰਦ ਕਿਲਬਿਕ ਖਰਨਨ ਆਸਨਨ ਜੈ ਜੈ ਜਕਾਰਨ ਸਿਸ ਉਬਾਰਨ ਮੋਮ ਪ੍ਰੀਤ ਪਾਰਨ ਜੈ ਤੇ ਗੰ ਜਬੈ ਬਾਲ ਲਾਗਿਓ ਤਬੈ ਰੋਸ ਜਾਗਿਓ ਕਰਨ ਲੈਕ ਮਾਨਨ ਹਨਨ ਬਾਨ ਤਾਨਨ ਸਬੈ ਵੀਰਤਾਏ ਸਰੋਗਨ ਚਲਾਏ ਤਬੈ ਤਾਕ ਬਾਨਨ ਹਨਿਓ ਏਕ ਜਾਨਨ ਹਰੀ ਚੰਦ ਮਾਰੇ ਸੋ ਜੋ ਦਲ ਤਾਰੇ ਸੋ ਕਾਰੋੜ ਰਾਯੰ ਹੈ ਕਾਲ ਕਾਇ ਰਮਨ ਤਿਆਗ ਪਾਗੇ ਸਬੈ ਤ੍ਰਾਸ ਪਾਗੇ ਪਈ ਜੀਤ ਮੇਰੀ ਕਿਰਪਾ ਕਾਲ ਕਰੀ ਰਨੰ
ਤਿਆਗ ਪਾਗ ਆਏ ਜਰਨ ਗੀਤ ਗਾਏ ਤਰਨ ਤਾਨ ਮਨ ਖੇ ਸਭੈ ਸਰਾਥ ਹਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਹੁਕਮ ਸਤਿ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਫਰਨਾਮਾ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਕਮਾਲੇ ਕਾਰਾਮਾਤ ਕਾਇਮ ਕਰੀਮ ਰਜ਼ਾ ਬਖਸ਼ੋ ਰਾਜ਼ਕ ਰਿਹਾ ਕੋ ਰਹੀਮ ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇ ਹੋ ਦਿਲ ਪਜ਼ੀਰ ਸ਼ਹਿਨਸ਼ਾਹੇ ਖੂਬੀ ਦੇ ਹੋ ਰਹੇ ਨਾਮੂ ਕੇ ਬੇਗੁਨ ਬੇਚੂਨ ਚੂਬੇ ਨਾਮੂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਐਸ਼ੋ ਔਰ ਜਹਾਂ ਪਾਕ ਜ਼ਬਰਸਤ ਜ਼ਾਹਿਰ ਜ਼ਹੂਰ ਅਤਾ ਮੇ ਦੇਹਦ ਹਮ ਚੋ ਹਾਜ਼ਰ ਹਜ਼ੂਰ ਅਤਾ ਬਖਸ਼ੋ ਪਾਕ ਪਰਵਰ ਦੇਗਾਰ ਰਹੀ ਮਸਤੋ ਰੋਜ਼ੀ ਦੇ ਹੋ ਹਰ ਦਿਆਰ ਕੇ ਸਾਹਿਬ ਦਿਆਰ ਅਸਤ ਆਜ਼ਮ ਅਜ਼ੀਮ ਕੇ ਹੁਸਨਲ ਜਮਾਲ ਅਸਤ ਰਾਜ਼ਕ ਰਹੀਮ ਕੇ ਸਾਹਿਬ ਸ਼ਹੂ ਅਸਤ ਆਜ਼ਿਜ਼ ਨਿਵਾਜ਼ ਗਰੀਬੁਲ ਪਰਸਤੋ ਗਨੀਮੁਲ ਗਦਾਸ ਸ਼ਰੀਅਤ ਪਰਸਤੋ ਫਜ਼ੀਲਤ ਮ ਆਬ ਹਕੀਕਤ ਸ਼ਨਾਸੋ ਨਬੀਉਲ ਕਿਤਾਬ ਕੇ ਦਾਨਿਸ਼ ਫੀ ਅਸਤ ਸਾਹਿਬ ਸ਼ਹੂਰ ਹਕੀਕਤ ਸ਼ਨਾਸਸਤ ਜ਼ਾਹਿਰ ਜ਼ਹੂਰ ਸ਼ਨਾਸਿੰਦਾ ਇਲਮ ਆਲਮ ਖੁਦਾ ਏ ਕੁਸ਼ਾਇੰਦਾ ਏ ਕਾਰੇ ਆਲਮ ਕੁਸ਼ਾਏ ਗੁਜ਼ਾਰਿੰਦਾ ਏ ਕਾਰੇ ਆਲਮ ਕਬੀਰ ਸ਼ਨਾਸਿੰਦਾ ਇਲਮ ਆਲਮ ਅਮੀਰ ਮਰਾ ਐਤਬਾਰੇ ਬਰੀ ਕਸਮ ਨੇਸ ਕੇ ਏਸ ਗਵਾਹ ਜਜ਼ਨਾ ਯਕੇਸ ਨਾ ਕਤਰਕ ਮਰਾ ਐਤਬਾਰੇ ਬਰੋਸਤ ਕੇ ਬਖਸ਼ੀ ਵਦੀਵਾ ਹਮਾ ਕਿਸ ਬੇਗੋਸ਼ ਕਸੇ ਕਲੇ ਕੁਰਾ ਕੁਨਦ ਐਤਬਾਰ ਹਮਾ ਰੋਜ਼ ਆਖਰ ਸ਼ਵਦ ਮਰਦ ਖੁਆਰ ਹਮਾਰਾ ਕਸੇ ਸਾਇਰ ਆਯਤ ਬਜ਼ੇਰ ਬਰੋ ਦਸਤ ਦਰਦ ਨਾ ਜਾਗੋ ਦਲੇਰ ਕਸੇ ਪੁਸ਼ਟ ਉਫਤਦ ਪਸੇ ਸ਼ੇਰ ਨਰ ਨਗੀਰਦ ਬੁਜ਼ੋ ਮੈਸ਼ੋ ਆਹੋ ਗੁਜ਼ਰ ਕਸਮ ਮਸਫ ਕਸਮ ਮੁਸਫ ਖੂਫੀਹ ਗਰ ਈ ਖੁਰਮ ਨਾ ਫੌਜ਼ੇ ਅਜ਼ੀਜ਼ਰ ਸੁਮਫ ਕੁਨਮ ਗੁਰਸੰਨਾ ਚਿਕਾਰੇ ਕੁਨਦ ਚਹਿਲ ਨਰ ਬ ਕੇ ਦਹਲ ਅਖਬਰ ਆਯਤ ਬਰ ਬਰੋ ਬੇ ਖਬਰ ਕੇ ਪੈਮਾਸ਼ੀ ਕਰਨ ਬੇਦ ਰੰਗ ਅਮਾਦੰਦ ਮੀਆਂ ਤੇਗ ਤੀਰੋ ਤੂਫੰਗ ਆਮਦੰਦ ਬਲਾਚਾਰ ਗੀਦਰ ਬਲਾਚਾਰ ਗੀਦਰ ਮੀਆਂ ਆਮਦਮ ਬਤਦ ਬੀਰ ਤੀਰੋ ਤੂਫੰਗ ਆਮਦਮ ਚੁਕਾਰ ਅਜ਼ਮ ਹਿਲ ਤੇ ਦਰਗੁਜਸਤ ਹਲਾਲ ਅਸਤ ਬੁਰਦਨ ਵਸ਼ਮ ਸ਼ੇਰ ਦਸ ਦਸਤ ਚਿਕਸਮੇ ਕੁਰਾਮਨ ਕੁਨਮ ਐਤਬਾਰ ਵਗਰ ਨਾ ਤੁਗੋਈ ਮਨ ਹੀ ਨਾ ਚਿਕਾਰ ਨਾ ਦਾਨਮ ਕੀ ਈ ਮਰਦ ਰੋਬਾ ਪੇਚ ਕੇ ਏਸ ਗਵਾਹ ਜ਼ਯਜ਼ਾ ਯਕੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣੇ ਵੱਡੇ ਵੱਡਿਆਂ ਨੂੰ ਨਹੀਂ ਪਤਾ ਹੀ ਇਹਦਾ ਬਹੁਤ ਮਤਲਬ ਤੁਸੀਂ ਕਹਿ ਨਹੀਂ ਸਕਦੇ ਬਹੁਤ ਬੜੀ ਕਿਰਪਾ ਜੀ ਤੁਹਾਡੇ ਤੇ ਕੀ ਨਾਮ ਕੀ ਨਾਮ ਸੁਖਦੀਪ ਸਿੰਘ ਹੈ ਜੀ ਮੇਰਾ ਠੀਕ ਹੈ ਹਾਂਜੀ ਇਹ ਕਿਵੇਂ ਮਤਲਬ ਬੱਚਿਆਂ ਨੂੰ ਸ਼ੁਰੂ ਤੋਂ ਅੰਬਾ ਬਸ ਜੀ ਇਹਨਾਂ ਦੀ ਮਾਤਾ ਨੂੰ ਥੋੜ੍ਹਾ ਜਿਹਾ ਸਿੱਖੀ ਵੱਲ ਜ਼ਿਆਦਾ ਆਇਆ ਉਹ ਤੋਂ ਬਾਅਦ ਫਿਰ ਮੈਂ ਵੀ ਆਰਮੀ 'ਚ ਹਾਂ ਅਤੇ ਮੇਰਾ ਵੀ ਸਿੱਖੀ ਵੱਲ ਬਹੁਤ ਯਾਨੀ ਕਿ ਵਿਸ਼ਵਾਸ ਹੈ ਵਾਹਿਗੁਰੂ ਅਤੇ ਪਰਮਾਤਮਾ ਅਤੇ ਅਕਾਲ ਪੁਰਖ 'ਤੇ ਵਿਸ਼ਵਾਸ ਹੈ ਅਤੇ ਬਸ ਉਹ ਪਰਮਾਤਮਾ ਦੀ ਕਿਰਪਾ ਵੀ ਇਸਦੀ ਜਿਹੜੇ ਪੜ੍ਹਾਈ ਦੇ ਵਿੱਚ ਵੀ ਅੱਜ ਤੋਂ ਲੈ ਕੇ ਨਰਸਰੀ ਤੋਂ ਲੈ ਕੇ ਫੋਰਥ ਕਲਾਸ 'ਚ ਹੋ ਗਿਆ 100% ਨੰਬਰ ਆਏ ਆ ਤੇ ਸਾਨੂੰ ਵੀ ਨਹੀਂ ਜਾ ਹੁੰਦਾ ਮਹਾਰਾਜ ਦੀ ਕਿਰਪਾ ਹੀ ਹੈ ਇਹਦੇ ਉੱਪਰ ਵੀ ਅਸੀਂ ਵੀ ਇਹ ਉਪਰਾਲੇ ਕਰਦੇ ਰਹਿੰਦੇ ਸ਼ਹੀਦੀ ਦਿਨਾਂ 'ਚ ਵੀ ਕੀਤੇ ਨੇ ਵੀ ਕਈ ਵਾਰ ਇੰਨੀ ਨਮੋਸੀ ਹੁੰਦੀ ਆ ਸਾਨੂੰ ਵੱਡੇ ਵੱਡੇ ਬਜ਼ੁਰਗਾਂ ਨੂੰ ਵੀ ਇਹ ਨਹੀਂ ਪਤਾ ਹੁੰਦਾ ਵੀ ਸਾਹਿਬਜ਼ਾਦਿਆਂ ਨੂੰ ਦੁੱਧ ਕਿਨੇ ਪਿਲਾਇਆ ਸੀ ਇਹ ਸਵਾਲ ਨਹੀਂ ਪਤਾ ਹੁੰਦੇ ਪਰ ਇਹ ਬੱਚਿਆਂ ਨੂੰ ਦੇਖ ਕੇ ਅੱਜ ਰੂਹ ਖੁਸ਼ ਹੋ ਗਈ ਬਸ ਜੀ ਉਹਦੀ ਕਿਰਪਾ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਸਿੱਖੀ ਦੇ ਲੜ ਲੱਗਣ ਮੈਂ ਇਹ ਚਾਹੁੰਦਾ ਵੀ ਇਹ
ਕਿਤੇ ਵੱਡੇ ਰੈਂਕ 'ਚ ਜਾਵੇ ਅਤੇ ਸਿੱਖ ਕੌਮ ਦੀ ਸੇਵਾ ਕਰੇ ਜੀ। ਮਤਲਬ ਵੀ ਤੁਸੀਂ ਬਹੁਤ ਵਧੀਆ ਗੱਲ ਕਹੀ, ਜਿਵੇਂ ਹੁਣ ਗੱਲਾਂ ਹੁੰਦੀਆਂ ਵੀ ਜੋ ਸਿੱਖ ਰਾਜ ਹੈ ਵੀ ਆਵੇਗਾ, ਪਰ ਉਹਦੇ ਲਈ ਆਪਾਂ ਨੂੰ ਪਾਵਰ ਸ਼ਕਤੀ ਦੇ ਵਿੱਚ ਵੀ ਆਉਣਾ ਚਾਹੀਦਾ, ਇੱਕ ਸ਼ਕਤੀ ਵੀ ਚਾਹੀਦੀ ਕਲਮ ਦੀ, ਜਿਹੜੀ ਇੱਕ ਸ਼ਕਤੀ ਦੱਸ ਕੇ ਮਹਾਰਾਜ। ਤਲਵਾਰ ਤਾਂ ਪਹਿਲਾਂ ਹੁਣ ਆਪਾਂ ਨੇ, ਤੁਹਾਨੂੰ ਪਤਾ ਹੀ ਵੀ ਅੱਜ ਤਲਵਾਰ ਦਾ ਉਹ ਯੁੱਗ ਨਹੀਂ ਹੈ, ਅੱਜ ਕਲਮ ਦਾ ਯੁੱਗ ਹੈ। ਵੀ ਕਹਿੰਦੇ ਸੀ ਵੀ ਆਪਾਂ ਨੂੰ ਇਹ ਮੁਕਾਮ 'ਤੇ ਹੋਣਾ ਚਾਹੀਦਾ ਵੀ ਟੇਬਲ ਟੋਕ ਲਈ ਆਪਾਂ ਨੂੰ ਅਤੇ ਉਹ ਚੀਜ਼ ਨੂੰ ਅਸੀਂ ਵੀ ਇਹ ਕਿਉਂ ਵੀ ਭਾਗ ਲੈਂਦਾ। ਮਤਲਬ ਤੁਸੀਂ ਹੁਣ ਆਪ ਇਤਿਹਾਸ ਦੇ ਕੁਐਸਚਨਿੰਗ ਕਰ ਸਕਦੇ ਹੋ ਇਹਦੇ 'ਤੇ, ਮਤਲਬ ਹਾਂਜੀ। ਬਸ ਜੀ ਮਹਾਰਾਜ ਦੀ ਕਿਰਪਾ ਸੀ, ਇੱਦਾਂ ਹੁੰਦਾ ਵੀ ਮੈਂ ਜੋਬ ਤੋਂ ਆਇਆ, ਸਾਨੂੰ ਇੱਦਾਂ ਹੁੰਦਾ ਵੀ ਜਿੱਥੇ ਵੀ ਸਾਡੇ ਅਸੀਂ ਜਿੱਥੇ ਜਾ ਸਕਦੇ ਹਾਂ ਇਤਿਹਾਸਿਕ ਦਿਹਾੜੇ ਆਉਂਦੇ ਆ, ਅਸੀਂ ਉੱਥੇ ਜਾਈਏ ਹੋਲੇ ਮਹੱਲੇ 'ਤੇ। ਤਿੰਨੇ ਦਿਨ ਅਸੀਂ ਮਹਾਰਾਜ ਨੇ ਸਾਨੂੰ ਬੁਲਾਇਆ, ਹੁਕਮ ਕੀਤਾ, ਅਸੀਂ ਤਿੰਨੇ ਦਿਨ ਉੱਥੇ ਜਾਂਦੇ ਰਹੇ ਹੋਲੇ ਮਹੱਲੇ 'ਤੇ। ਫਿਰ ਬਾਬਾ ਅਜੀਤ ਸਿੰਘ ਜੀ ਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਦਿਹਾੜੇ, ਸ਼ਰਮ ਦਿਹਾੜੇ 'ਤੇ ਆਏ। ਫਿਰ ਅਸੀਂ ਸਭਾ ਜਿੰਨੇ ਵੀ ਜਿੱਥੇ ਵੀ ਜਿੱਥੇ ਸਭਾ ਹੁੰਦੀ ਹੈ ਉੱਥੇ ਉੱਥੇ ਮਹਾਰਾਜ ਦੀ ਕਿਰਪਾ ਹੁੰਦੀ ਹੈ, ਅਸੀਂ ਲੈ ਕੇ ਜਾਂਦੇ ਹਾਂ ਜੀ ਇਹਨਾਂ ਨੂੰ। ਵੀ ਅਸੀਂ ਇੱਦਾਂ ਕਹਿੰਦੇ ਵੀ ਸਿੱਖੀ ਨਾਲ ਜੁੜੇ, ਆਪਣੀ ਜੜ ਨਾਲ ਜੁੜੇ। ਲੋਕ ਕਹਿੰਦੇ ਵੀ ਅੱਜ ਕੱਲ੍ਹ ਜ਼ਮਾਨਾ ਵੀ ਬਾਹਰ ਜਾਣਾ, ਸਾਡੇ ਮਨ 'ਚ ਇਹ ਹੈ ਵੀ ਇੱਥੇ ਹੀ ਅਸੀਂ ਕੋਈ ਵੱਡੇ ਰੈਂਕ 'ਤੇ ਇਹਨਾਂ ਨੂੰ ਮਹਾਰਾਜ ਕਿਰਪਾ ਕਰਨ, ਵੱਡਾ ਕੋਈ ਰੈਂਕ ਬਖਸ਼ਣ ਅਤੇ ਹਾਂਜੀ ਅਤੇ ਹਾਂਜੀ ਅਤੇ ਕੋਈ ਸਿੱਖ ਕੌਮ ਦੀ, ਜਿੱਦਾਂ ਆਪਾਂ ਜਾਣਦੇ ਹਾਂ ਵੀ ਕਈ ਇਹੋ ਜਿਹੇ ਰੈਂਕ ਵੱਡੇ ਵੱਡੇ ਰੈਂਕਾਂ 'ਤੇ ਜਾ ਕੇ ਸਿੱਖ ਕੌਮ ਨਾਲ ਗੱਦਾਰੀਆਂ ਕੀਤੀਆਂ। ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਬੱਚੇ ਸਿੱਖ ਕੌਮ ਦੀ ਸੇਵਾ ਕਰਨ, ਵੀ ਜਿਹੜੇ ਉਹ ਜਿਹੜਾ ਉਹ ਇੱਕ ਲੱਗਿਆ ਹੋਇਆ ਨਾ ਵੀ ਜਿਹੜੇ ਵੱਡੇ ਰੈਂਕ 'ਤੇ ਚੱਲ ਜਾਂਦੇ ਆ ਸਿੱਖ ਕੌਮ ਨਾਲ ਵੀ ਗੱਦਾਰੀਆਂ ਕਰਦੇ ਆ, ਉਹ ਦਾਗ ਨੂੰ ਧੋਣ, ਬਸ ਇਹ ਪਰਮਾਤਮਾ ਦੀ ਇੱਕ ਇਹ ਸੋਚ ਹੈ ਜੀ। ਮਾਤਾ ਜੀ ਨਾਲ ਵੀ ਜਰੂਰ ਗੱਲ ਨਹੀਂ ਆਉਂਦਾ, ਬੱਚੇ ਨੂੰ ਜ਼ਫਰਨਾਮਾ ਪੂਰਾ ਨਹੀਂ ਆਉਂਦਾ, ਹਜੇ ਸਿੱਖ ਰਿਹਾ। ਠੀਕ ਹੈ, ਤੇ ਕੋਸ਼ਿਸ਼ ਹੈ ਕਿ ਤੁਹਾਡੇ ਕਿਵੇਂ ਇਹ ਚਿਣਕ ਜਾ ਕੇ ਵੀ ਬੱਚਿਆਂ ਨੂੰ ਇਸ ਰਸਤੇ ਤੇ ਲੈ ਕੇ ਜਾਣਾ ਹੈ? ਬਸ ਜੀ ਸ਼ੁਰੂ ਤੋਂ ਹੀ ਹੈ, ਪਤਾ ਨਹੀਂ ਘਰ ਵਿੱਚ ਵੀ ਬਾਣੀ ਸੁਣਨੀ, ਬਾਣੀ ਪੜ੍ਹਨੀ, ਚਲੋ ਪੜ੍ਹ ਨਹੀਂ ਹੁੰਦੀ ਟਾਈਮ ਇੱਦਾਂ ਦਾ ਹੈ ਨਾ, ਚਲੋ ਬੱਚਿਆਂ ਨੂੰ ਦੇਖਣਾ ਘਰ ਦੇ ਕੰਮ ਕਰ, ਬਟ ਇੱਦਾਂ ਹੁੰਦਾ ਕਿ ਕਾਰਜ ਕਰ ਰਹੇ ਹੋ, ਸ਼ਾਇਦ ਹਲੇ ਤੁਹਾਨੂੰ ਇਹ ਚੀਜ਼ ਦਾ ਅਹਿਸਾਸ ਨਾ ਹੋਵੇ, ਪਰ ਇਹ ਬਹੁਤ ਵੱਡੀ ਚੀਜ਼ ਆ ਜਿਹੜੀ ਤੁਸੀਂ ਕਾਰਜ ਕਰ ਰਹੇ ਹੋ ਨਾ ਆਪਣੇ ਬੱਚਿਆਂ ਨੂੰ। ਬਸ ਪਰਮਾਤਮਾ ਵੱਲੋਂ ਹੀ, ਬਸ ਅਸੀਂ ਤਾਂ ਉਹਦੇ ਆਇਆ ਕਿ ਨਹੀਂ, ਅਸੀਂ ਜੋ ਨਹੀਂ ਬਣ ਸਕੇ ਬੱਚਿਆਂ ਨੂੰ ਬਣਾਈਏ, ਸਿੱਖੀ ਸਰੂਪ 'ਚ ਲੈ ਕੇ ਜਾਈਏ ਇਹਨਾਂ ਨੂੰ, ਖੁਦ ਵੀ ਚਲੋ ਅੰਮ੍ਰਿਤ ਛਕਣਾ ਉਹ ਵੀ ਸਾਡੀ ਇੱਕ ਇੱਛਾ, ਅੰਮ੍ਰਿਤ ਛਕਾਂਗੇ ਕਦੇ ਪਰਮਾਤਮਾ ਦੀ। ਹੁਣ ਮਤਲਬ ਉਹ ਚੀਜ਼ ਤੋਂ ਨਿਕਲ ਰਿਹਾ, ਇੱਕ ਅਸੀਂ ਸਭਾ 'ਤੇ ਗਏ ਸੀਗੇ ਜੀ ਜਿੱਥੋਂ ਇਹਨੂੰ ਜ਼ਫਰਨਾਮੇ ਦਾ ਉਹ ਹੋਇਆ, ਸਭਾ 'ਤੇ ਗਏ ਸੀ, ਉੱਥੇ ਕੁਐਸਚਨ ਆਂਸਰ ਸੀਗੇ ਅਤੇ ਇਹਨਾਂ ਨੇ ਵੀਰ ਰਸ ਦੀ ਉੱਥੇ ਵੀ ਸੁਣਾਇਆ ਜਿਹੜੇ ਉੱਥੇ ਸੁਣਦੇ ਸੀ। ਫਿਰ ਉਹਨਾਂ ਨੇ ਦੋ ਜਣੇ ਦੇ ਨਾਮ ਲਿਖੇ ਸੀ ਵੀ ਤੁਸੀਂ ਅਗਲੀ ਵਾਰ ਇੱਥੇ ਆਉਂਗੇ ਤਾਂ ਜ਼ਫਰਨਾਮਾ ਇੱਕ ਯਾਦ ਕਰਕੇ, ਅਤੇ ਹੁਣ ਇਹ ਆਪ ਹੀ ਕੋਸ਼ਿਸ਼ ਕਰਦਾ ਯਾਨੀ ਕਿ ਮੋਬਾਈਲ 'ਚ ਜਾਂ ਟੀ ਵੀ 'ਤੇ ਲਗਾਉਂਦਾ, ਫਿਰ ਉਹ ਪੜ੍ਹਦਾ, ਫਿਰ ਉਹਦੇ ਅਰਥ ਜੋ ਵੀ ਯਾਨੀ ਕਿ ਜਿੱਦਾਂ ਵੀ ਇਹ ਕਰਦਾ, ਮਹਾਰਾਜ ਦੀ ਕਿਰਪਾ ਜੀ ਇਹਦੇ 'ਤੇ ਵੇ ਭੁੱਲਦਾ ਨਹੀਂ, ਤਾਂ ਸਾਨੂੰ ਵੀ ਇਹ ਚੀਜ਼ ਯਾਦ ਨਹੀਂ ਹੈ ਜੀ ਜੋ ਪਰਮਾਤਮਾ। ਬਹੁਤ ਵੱਡੀ ਚੀਜ਼ ਆਈ ਕਿਉਂਕਿ ਇਹ ਗੁਰੂ ਮਹਾਰਾਜ ਦੀ ਜੋ ਕਲਮ ਹੈ ਇਹਨੂੰ ਇਹ ਪੜ੍ਹ ਕੇ ਤਾਂ ਔਰੰਗਜ਼ੇਬ ਹਿੱਲ ਗਿਆ ਸੀ। ਹਾਂਜੀ ਬਸ ਉਹੀ ਮਤਲਬ ਯਾਦ ਕਰਨੀ ਤਾਂ ਬਹੁਤ ਵੱਡੀ ਕਿਰਪਾ ਹੈ, ਬਸ ਉਹਦੀ ਕਿਰਪਾ। ਅਸੀਂ ਨਹੀਂ ਕਹਿੰਦੇ ਵੀ ਅਸੀਂ ਯਾਦ ਕਰਦੇ, ਇਹ ਯਾਦ ਕਰਦਾ ਮਹਾਰਾਜ ਇੱਕ ਇਹਨੇ ਅੰਦਰ ਇੱਕ ਇਹੋ ਜਿਹੀ ਜੋਤ ਹੈ ਜਾਂ ਮਹਾਰਾਜ ਨੇ ਸਾਡੇ ਘਰ ਦੇ ਵਿੱਚ ਜਦੋਂ ਦਾ ਇਹ ਆਇਆ ਹੈ ਨਾ ਉਦੋਂ ਦਾ ਬਸ ਸਿੱਖੀ ਨਾਲ ਹੋਰ ਜ਼ਿਆਦਾ ਗੂੜਾ ਪਿਆਰ, ਪਹਿਲਾਂ ਸੀਗਾ ਪਿਆਰ ਤਾਂ ਸ਼ੁਰੂ ਤੋਂ ਸਿੱਖੀ ਨਾਲ, ਪਰ ਹੋਰ ਜ਼ਿਆਦਾ ਹੋ ਗਿਆ ਕਿ ਨਹੀਂ ਸਾਡੇ ਬੱਚੇ ਇਸ ਲਾਇਕ ਹੈਗੇ, ਅਸੀਂ ਬੱਚਿਆਂ ਨੂੰ ਚੰਗੇ ਰਸਤੇ ਪਰਮਾਤਮਾ ਪਾਵੇ ਸਾਡੇ ਰਾਹੀਂ। ਬਾਬਾ ਇੱਕ ਹੋਰ ਹੈ ਜੇ ਆਪਾਂ ਇਹਨੂੰ ਤਾਂ ਅਸੀਂ ਵੀਰ ਰਸ ਯਾਦ ਕਰਾਇਆ, ਇਸ ਬੱਚੇ ਨੂੰ ਅਸੀਂ ਵੀਰ ਰਸ ਨਹੀਂ ਯਾਦ ਕਰਾਇਆ, ਇਹਨੂੰ ਸੁਣ ਸੁਣ ਕੇ ਮਹਾਰਾਜ ਦੀ ਕਿਰਪਾ ਇਹੋ ਜਿਹੀ ਹੋਈ ਵੀ ਆਪ ਹੀ ਉਸ ਚੀਜ਼ ਵੱਲ ਇਹ ਉਹ ਹੁੰਦਾ ਵੀ ਉਹ ਆਪ ਹੀ ਇਹਨੂੰ ਕੰਠ ਹੋ ਗਿਆ ਜੀ। ਬਹੁਤ ਵਧੀਆ, ਚਲੋ ਪਰਮਾਤਮਾ ਕਰਪਾ ਕਰੇ ਤੁਹਾਡੇ ਤੇ। ਯਾਨੀ ਕਿ ਤਕਰੀਬਨ ਇਹਨਾਂ ਨੂੰ ਜੇ ਅਸੀਂ ਜਿੰਨਾ ਵੀ ਸਾਨੂੰ ਹੁੰਦਾ ਅਸੀਂ ਦੱਸਦੇ ਹਾਂ ਹਰੇਕ ਜਗ੍ਹਾ। ਬਹੁਤ ਵਧੀਆ ਜੀ, ਬਹੁਤ ਵਧੀਆ, ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬੇਟੇ, ਕੀ ਨਾਮ ਹੈ? ਜਸਰੀਤ ਕੌਰ।
ਕਿਹੜੀ ਕਲਾਸ 'ਚ ਪੜ੍ਹਦੇ ਹੋ? ਥਰਡ ਲੋਟਸ। ਥਰਡ ਦੇ ਵਿੱਚ ਕਿਹੜਾ ਸ਼ਹਿਰ ਹੈ? ਇੱਥੋਂ ਚਮਕੌਰ ਸਾਹਿਬ ਤੋਂ? ਹਾਂਜੀ। ਠੀਕ ਹੈ, ਅਤੇ ਅੱਜ ਕੀ ਆ ਬੇਟੇ ਪਤਾ? ਹਾਂਜੀ, ਜੁਝਾਰ ਸਿੰਘ ਦਾ ਹੈਪੀ ਬਰਥਡੇ ਆ। ਜੁਝਾਰ ਸਿੰਘ ਦਾ ਹੈਪੀ ਬਰਥਡੇ। ਨਹੀਂ ਬੇਟੇ ਇੱਦਾਂ ਨਹੀਂ, ਇਹ ਤਾਂ ਇੱਦਾਂ ਹੋ ਗਿਆ ਨਾ, ਹੁਣ ਕੋਈ ਤੀਜਾ ਸੁਣੂਗਾ ਵੀ ਸ਼ਾਇਦ ਤੁਹਾਡਾ ਕੋਈ ਫਰੈਂਡ ਆ ਜਾਂ ਕੋਈ ਹੋਰ ਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ। ਸਤਿਕਾਰ ਨਾਲ ਬੋਲਣਾ, ਠੀਕ ਹੈ ਬੇਟੇ? ਅੱਗੇ ਤੋਂ ਚਲੋ ਤੁਸੀਂ ਬੱਚੇ ਹੋ, ਅੱਗੇ ਤੋਂ ਮਤਲਬ ਇਸ ਚੀਜ਼ ਦਾ ਧਿਆਨ ਰੱਖਣਾ। ਬਰਥਡੇ ਆਮ ਲੋਕਾਂ ਦੇ ਹੁੰਦੇ ਨੇ ਜਨਮ, ਜਿਵੇਂ ਆਮ ਆਪਾਂ ਨਾ, ਉਹ ਤਾਂ ਅਕਾਲ ਦੀ ਜੋਤ ਸਨ, ਠੀਕ ਹੈ? ਅਤੇ ਹੋਰ ਕੀ ਅੱਜ ਪਤਾ? ਅੱਜ ਗੁਰੂ ਅਮਰਦਾਸ ਜੀ ਦਾ ਗੁਰਤਾਗਤੀ ਦਿਵਸ ਵੀ ਹੈ, ਠੀਕ ਹੈ ਜੀ? ਅਤੇ ਆਪਣੇ ਗੁਰੂ ਸਾਹਿਬਾਨ ਕਿੰਨੇ ਨੇ ਪਤਾ ਜੀ? ਹੈ ਜੀ, ਪਤਾ ਨਹੀਂ, ਸਿੱਖਣਾ ਜ਼ਰੂਰ ਬੇਟੇ, ਠੀਕ ਆ, ਯਾਦ ਕਰਨਾ, ਅਗਲੀ ਵਾਰ ਤੈਨੂੰ ਪੁੱਛਾਂਗੇ। ਸੁਣਾਓ ਕੀ ਸੁਣਾਉਣਾ? ਚੌਪਈ, ਚੌਪਈ ਸਾਹਿਬ ਪਾਤਸ਼ਾਹੀ ਦਸਵੀਂ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਈ ਚਿੱਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾ, ਆਪਣਾ ਜਾਨ ਕਰੋ ਪ੍ਰਤਿਪਾਰਾ, ਹਮਰੇ ਦੁਸ਼ਟ ਸਭੇ ਤੁਮ ਕਾਵੋ, ਆਪ ਹੱਥ ਦੇ ਮੋਹੇ ਬਚਾਓ, ਸੁਖੀ ਬਸੇ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ, ਮੋਰ ਅੱਛਾ ਨਿਜ ਕਰਦੇ ਕਰੀਏ, ਸਭ ਬੈਰਨ ਕੋ ਆਦ ਸੰਗਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆ, ਤੁਮੇ ਛੱਡ ਕੋਈ ਅਵਰ ਨ ਧਿਆਉਂ, ਜੋ ਬਰ ਚਾਹੂੰ ਸੋ ਤੁਮ ਭੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਏ, ਚੁਨ ਚੁਨ ਸਤਰ ਹਮਾਰੇ ਮਾਰੀਏ, ਆਪ ਹੱਥ ਦੇ ਮੁਝੇ ਉਭਰੀਏ, ਮਰਨ ਕਾਲ ਕਾ ਤ੍ਰਾਸ ਨਿਵਰੀਏ, ਪੂਜੋ ਸਦਾ ਹਮਾਰੇ ਪੁੱਛੋ, ਸ਼੍ਰੀ ਅਸਤੁਜੋ ਕਰਿਓ ਰੱਛਾ, ਰਾਖ ਲਿਓ ਮੋਏ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰ, ਦੀਨ ਬੰਦ ਦੁਸ਼ਟਨ ਕੇ ਹੰਤਾ ਤੋ, ਹੋ ਪੁਰੀ ਚਤੁਰਦਸ਼ ਕੰਤ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾ, ਜਵਨ ਕਾਲ ਚੋ ਸਭ ਜਗਤ ਬਣਾਇਓ, ਦੇਵ ਦੇਂਦ ਉਪਜਸ਼ਨ ਦੇ ਅੰਤੇ ਕੇ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰ, ਨਮਸਕਾਰ ਤਿਸਲੀ ਕੋ ਮਾਰੀ, ਸਗਲ ਪ੍ਰਜਾ ਜਿਨ ਆਪ ਸਵ, ਸ਼ਿਵ ਗਨ ਕੋ ਸ਼ਿਵ ਗੁਣ ਸੁਖ ਦਿਓ, ਸਤਨ ਮਨੋ ਬਲ ਮੋਹ ਵਟਕੀਓ, ਕਟ ਕਟ ਕੇ ਪਟ ਪਟ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾ, ਚੀਟੀ ਤੇ ਕੁੰਚਰ ਅਸਥੁੱਲਾ, ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਕਟ ਕਟ ਕੇ ਪਟ ਪਟ ਕੀ ਜਾ, ਜਬ ਯੁੱਧ ਕਰ ਕਰਾ ਕਰਤਾਰਾ, ਪ੍ਰਜਾ ਤਰਤ ਤਪ ਦੇਹੇ ਅਪਾਰ, ਵਿਆਹ ਕਰਤ ਕਰਤ ਹੋ ਕਬ ਬੋ ਤੁਮ ਮੈਂ ਮਿਲ ਕੇ, ਕਬ ਹੋ ਜੇਤੇ ਬਦਨ ਸ੍ਰਿਸ਼ਟੀ ਸਵਤਾਰ, ਆਪ ਆਪਣੀ ਬੁੱਧ ਉਚਾਰ, ਤੁਮ ਸਭ ਹੀ ਥੇ ਰਹਿਤ ਨਿਰਾਲਮ, ਜਾਨਤ ਭਿੰਨ ਭਿੰਨ ਨਿਰੰਕਾਰ ਨਿਰਨਾਦਨਮ, ਆਦਨੀ ਲਿਆਦ ਸਮ, ਤਾਕਾ ਮੁੜ ਉਚਾਰਤ ਪੈਂਦਾ, ਜਾ ਕੋ ਬੇਵ ਨ ਪਾਵਤ ਪੈਂਦਾ, ਤਾਕੋ ਮਨ ਕਾ ਮਨ ਅਨੁਮਾਨਤ, ਮਹਾ ਮੂੜ ਕੁਛ ਪੈਂਦ ਨ ਜਾਨ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨ ਹੈ, ਆਪ ਆਪਣੀ ਬੁੱਧ ਤੇਤੀ, ਜਰਨਤ ਭਿੰਨ ਭਿੰਨ ਤਹਿ ਤੇਤੀ, ਤੁਮਰਾ ਲਖਾਨ ਜਾਏ ਬਸਾਰਾ, ਕਹਿ ਬੀਤੀ ਸਜਾ ਪ੍ਰਥਮ ਸੰਸਾਰ, ਏਕੈ ਰੂਪ ਅਨੂਪ ਸਰੂਪਾ, ਰੰਗ ਪਿਓ ਵਾਜ ਕਹੀ ਭੂਪਾ, ਅੰਡਜ ਜੇ ਰਜ ਸੇ ਤਜ ਕਿੰਨੀ, ਉਤਬੁਜ ਖਾਨ ਮੋਹ ਰਜ ਦੀਨ,
ਕਹੋ ਫੂਲ ਰਾਜਾ ਹੈ ਬੈਠਾ ਕਹੋ ਸਮਿੰਟ ਪੇ ਸੰਕਰ ਕਰ ਸਗਲੀ ਸ੍ਰਿਸ਼ਟੀ ਦਿਖਾਏ ਅਚੰਭਵ ਆ ਜੁਗਾ ਸਰੂਪ ਸਮ ਅਵਰਛਾ ਮੇਰੀ ਤੁਮ ਕਰੋ ਸਿੱਖ ਬਰਬ ਸਿੱਖ ਸੰਗਰੋ ਦੁਸ਼ਟ ਜਿਤੇ ਉਨਕਤੇ ਰਣਕਾਤਾ ਸਗਲ ਮਲੇਛ ਕਰੋ ਰਣਕਾਤ ਜੇ ਅਸੰਤੋ ਸ਼ਰਨੀ ਭਰੇ ਤਿਨਕੇ ਦੁਸ਼ਟ ਦੁਖ ਤਹਿ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਸਾਹਿਬ ਸਭ ਤਾਰੇ ਜੋ ਕਲਮੋ ਇੱਕ ਬਾਰ ਤਿਆ ਰੱਛਾ ਹੈ ਤਾਂ ਹੀ ਸਭ ਕਾਲਾ ਦੁਸ਼ਟ ਰੀਸ ਕਰੋ ਤਤਕਾਲਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਬੇਟੇ, ਬਹੁਤ ਵਧੀਆ, ਧੰਨਵਾਦ। ਬਾਕੀ ਵੀ ਸਿੱਖਣਾ ਠੀਕ ਹੈ ਜੇ ਗੁਰੂ ਸਾਹਿਬਾਨ ਦੇ ਪੰਜ ਪਿਆਰਿਆਂ ਦੇ ਸਾਹਿਬਜ਼ਾਦਿਆਂ ਦੇ ਸਾਰੇ ਨਾਮ ਕੰਠ ਕਰਨੇ ਨੇ। ਬਹੁਤ ਵਧੀਆ, ਬਹੁਤ ਵਧੀਆ ਸਰ, ਤੁਸੀਂ ਕੰਠ ਕੀਤੀ ਹੈ ਨਾ ਬਾਣੀ, ਹੋਰ ਵੀ ਸਿੱਖਣੀ ਠੀਕ ਹੈ। ਧੰਨਵਾਦ। ਸੋ ਅੱਜ ਦੇ ਦਿਹਾੜੇ 'ਤੇ ਤੁਹਾਡੇ ਨਾਲ ਸ਼੍ਰੀ ਚਮਕੌਰ ਸਾਹਿਬ ਦੀ ਉਸ ਪਾਵਨ ਧਰਤੀ ਤੋਂ ਜਿੱਥੇ ਸ਼ਹੀਦੀ ਜੋ ਜਾਮ ਪੀਤੇ ਨੇ ਵੱਡੇ ਸਾਹਿਬਜ਼ਾਦਿਆਂ ਨੇ, ਸਿੰਘਾਂ ਨੇ, ਜਿਸ ਨੇ ਵੱਡਾ ਇਤਿਹਾਸ ਰਚਿਆ, ਉਸ ਧਰਤੀ 'ਤੇ ਅੱਜ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਹਾੜਾ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਤਾਗੱਦੀ ਦਿਵਸ ਮਨਾਏ ਜਾ ਰਹੇ ਨੇ, ਜਿੱਥੇ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੈ। ਸੋ ਇੱਕ ਨਿਮਾਣੀ ਜਿਹੀ ਛੋਟਾ ਜਿਹਾ ਉਪਰਾਲਾ ਕੀਤਾ ਗਿਆ, ਜਿਵੇਂ ਕਿ ਅੱਗੇ ਵੀ ਜਿਹੜੇ ਸਾਥੀ ਪਹਿਲਾਂ ਤੋਂ ਦੇਖਦੇ ਨੇ ਤੁਸੀਂ ਜਾਣਦੇ ਹੋ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿੰਦੇ ਹਾਂ। ਸੋ ਜੇਕਰ ਚਾਹੁੰਦੇ ਹੋ ਅੱਗੇ ਵੀ ਜਾਰੀ ਰੱਖੀਏ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਹਾਮੀ ਭਰਿਓ, ਤਾਂ ਕਿ ਪਤਾ ਲੱਗ ਸਕੇ ਕਿ ਤੁਸੀਂ ਕੀ ਚਾਹੁੰਦੇ ਹੋ, ਅੱਗੇ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਕੀਤੇ ਜਾਣ ਜਾਂ ਨਹੀਂ। ਸੋ ਸਾਨੂੰ ਫਿਲਹਾਲ ਇੱਥੇ ਦਿਓ ਇਜਾਜ਼ਤ, ਮਿਲਦੇ ਹਾਂ ਜਲਦ ਕਿਸੇ ਹੋਰ ਅਪਡੇਟ ਦੇ ਨਾਲ। ਉਨੇ ਸਮੇਂ ਤੱਕ ਲਈ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ। ਧੰਨਵਾਦ।